ਸਕੂਲ ਇਹੋ ਜਿਹੇ ਸ਼ਾਨਦਾਰ ਬਣਾਤੇ ਸਰਕਾਰੀ, ਗਰੀਬ ਦਾ ਬੱਚਾ ਤਾਂ ਸਰਕਾਰੀ ਸਕੂਲ 'ਚ ਜਾ ਸਕਦਾ? ਤਾਂ ਗਰੀਬ ਸੋਚਦਾ ਯਾਰ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਦਿਹਾੜੀਆਂ ਚੱਲ ਰਹੀਆਂ ਨੇ, ਅਗਲੀ ਪੀੜ੍ਹੀ ਵੀ ਦਿਹਾੜੀਦਾਰ ਹੀ ਆ ਰਹੀ ਹੈ, ਫਿਰ ਮਾਵਾਂ ਦੇ ਭੈਣਾਂ ਦੇ ਸਿਰ 'ਤੇ ਇਨੂਆਂ ਨਾਲ ਗੰਜ ਪੈ ਗਏ ਹਰ ਵਕਤ ਸਿਰ 'ਤੇ, ਸਵੇਰੇ ਗੋਹੇ ਵਾਲਾ ਬੱਠਲ, ਫਿਰ ਕੱਖਾਂ ਵਾਲਾ ਟੋਕਰਾ, ਫਿਰ ਚਰੀ ਵਾਲੀ ਪੰਡ, ਫਿਰ ਲੱਕੜਾਂ ਲਿਆਉਣੀਆਂ, ਹਰ ਵਕਤ ਸਿਰ 'ਤੇ ਇਨੂ ਰਹਿੰਦਾ ਜੀ। ਇਹਨਾਂ ਨੂੰ ਪਤਾ ਹੋਊਗਾ ਜਿਹੜੇ ਪਹਿਲਾਂ ਰਾਜ ਕਰਕੇ ਗਏ ਨੇ ਕਿ ਇਨੂ ਕੀ ਹੁੰਦਾ? ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੇ ਗਰੀਬੀ ਦੇਖੀ ਨਹੀਂ, ਨਾ ਹੀ ਗਰੀਬਾਂ ਦੇ ਨੇੜੇ ਜਾਂਦੇ ਹੈ, ਆਪਣੇ ਨਾਲ ਤਾਂ ਹੱਥ ਮਿਲਾ ਕੇ ਬਾਅਦ 'ਚ ਸੈਨੇਟਾਈਜ਼ ਨਾਲ ਸਾਫ਼ ਕਰਦੇ ਆ, ਕਿਤੇ ਖੁਰਕ ਨਾ ਪੈ ਜੇ, ਗਰੀਬ ਬੰਦੇ ਮਿਲੇ ਆ, ਕਿਤੇ ਕੋਈ ਲਾਗ ਨਾ ਲੱਗ ਜੇ, ਚਮੜੀ ਦਾ ਰੋਗ ਨਾ ਹੋ ਜੇ, ਇਹ ਉਹ ਬੰਦੇ ਨੇ ਜੀ, ਇਹਨਾਂ ਤੋਂ ਨਹੀਂ ਉਮੀਦ ਕਰ ਸਕਦੇ ਆਪਾਂ। ਸੋ ਅਸੀਂ ਸਕੂਲ ਸ਼ਾਨਦਾਰ ਬਣਾਉਣੇ ਸ਼ੁਰੂ ਕਰਤੇ, ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਾਓ, ਕੋਈ ਫੀਸ ਨਹੀਂ, ਔਰ ਪੜ੍ਹਾਈ ਇਹੋ ਜਿਹੀ ਪ੍ਰਾਈਵੇਟ ਦੇ ਬਰਾਬਰ, ਔਰ ਨਾਲ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਮੈਰਿਟ 'ਤੇ, 40,000 ਤੋਂ ਉੱਪਰ ਨੌਕਰੀਆਂ ਦੇਤੀਆਂ ਸਰਕਾਰੀ 2 ਸਾਲਾਂ 'ਚ। ਇੱਕ ਬੰਦਾ ਉੱਠ ਕੇ ਕਹਿ ਦੇ ਕਿ ਜੀ ਮੈਨੂੰ ਨੌਕਰੀ ਕਿਸੇ MLA ਦੀ ਸਿਫਾਰਿਸ਼ 'ਤੇ ਜਾਂ ਪੈਸੇ ਲੈ ਕੇ ਮਿਲੀ ਹੈ, ਇੱਕ ਬੰਦਾ ਪੰਜਾਬ 'ਚੋਂ ਕਹਿ ਦੇ 30,000 ਚੋਂ 40,000 ਚੋਂ। ਇਹ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ ਹੈ? ਇੱਕ ਸਿੰਗਲ ਬੰਦਾ ਕਹਿ ਦੇ ਕਿ ਮੇਰੇ ਪੈਸੇ ਲੱਗ ਗਏ ਜੀ, ਜਾਂ ਕੋਈ ਇਹੋ ਜਿਹਾ ਮੁੰਡਾ ਉੱਠ ਕੇ ਜਾਂ ਕੁੜੀ ਉੱਠ ਕੇ ਕਹਿ ਦੇ ਕਿ 700 'ਚੋਂ ਮੇਰੇ 680 ਨੰਬਰ ਸੀ, 650 ਵਾਲੇ ਨੂੰ ਰੱਖ ਲਿਆ, ਮੈਨੂੰ ਰੱਖਿਆ ਨਹੀਂ ਕਿਉਂਕਿ ਉਹਦੀ ਕੋਈ ਸਿਫਾਰਿਸ਼ ਸੀ ਨਾ। ਅਸੀਂ ਕਿਹਾ ਪੜ੍ਹੋ, ਮੈਰਿਟ 'ਤੇ ਨੰਬਰ ਲੈ ਲਓ, ਸਰਕਾਰ ਬੈੱਲ ਮਾਰੂ ਤੁਹਾਡੇ ਘਰ ਦਾ ਕੁੰਡਾ ਖੜਕਾਊ ਕਿ ਆ ਜਾ ਭਾਈ, ਸਰਕਾਰੀ ਨੌਕਰੀ ਤੇਰਾ ਇੰਤਜ਼ਾਰ ਕਰ ਰਹੀ ਹੈ। 40,000 ਤੋਂ ਵੱਧ ਨੌਕਰੀ ਦਿੱਤੀ, ਆਮ ਘਰਾਂ ਦੇ ਮੁੰਡੇ ਨੇ, ਆਮ ਘਰਾਂ ਦੇ ਨੇ ਉਹ ਸਾਰੇ, ਗਰੀਬਾਂ ਦੇ ਬੱਚੇ ਨੇ ਸਾਰੇ, ਜੱਜ ਲੱਗੇ ਤਾਂ 6 ਜੱਜ ਬਣੇ, 3 ਕੁੜੀਆਂ ਜੱਜ ਬਣ ਗਈਆਂ ਆਮ ਘਰਾਂ 'ਚ ਉੱਠ ਕੇ। ਇਹੀ ਚੀਜ਼ ਤੁਹਾਡੀ ਗਰੀਬੀ ਦੂਰ ਕਰ ਸਕਦੀ ਹੈ ਜੀ।